ਝੰਜਰ ਸਾਹਿਬ ਨੂੰ ਅਤੇ ਉਹਨਾਂ ਦੀ ਟੀਮ ਜੋ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਹੈ, ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦਾ। ਜਦੋਂ ਦੇ ਉਹ ਪ੍ਰਧਾਨ ਬਣੇ ਹੈ, ਦਿਨ ਰਾਤ ਉਹ ਅਤੇ ਉਹਨਾਂ ਦੀ ਟੀਮ ਮਿਹਨਤ ਕਰ ਰਹੀ ਹੈ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨਾ, ਨੌਜਵਾਨਾਂ ਕਿਉਂਕਿ ਦਸਤਾਰ ਆਪਣੀ ਸ਼ਾਨ ਹੈ, ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ, ਸਿੱਖੀ ਦੇ ਸਿਧਾਂਤਾਂ ਨਾਲ ਜੋੜਨਾ, ਅਤੇ ਜੈਜੀ ਮੂਵਮੈਂਟ ਉਹਨਾਂ ਨੇ ਖੜੀ ਕੀਤੀ ਹੈ। ਮੈਨੂੰ ਬੜਾ ਮਾਣ ਹੈ ਕਿ ਐਜ਼ ਅਕਾਲੀ ਦਲ ਪ੍ਰੈਜੀਡੈਂਟ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦਾ, ਅਤੇ ਮੈਂ ਚਾਹੁੰਦਾ ਕਿ ਆਹ ਮੂਵਮੈਂਟ ਹਰ ਜਗ੍ਹਾ 'ਤੇ ਅੱਜ ਮੂਵਮੈਂਟ ਜਾਏ, ਹਰ ਜ਼ਿਲ੍ਹੇ 'ਚ, ਹਰ ਤਹਿਸੀਲ 'ਚ, ਹਰ ਬਲਾਕ 'ਚ, ਹਰ ਪਿੰਡ 'ਚ ਆਹ ਜਿਹੜੀ ਆਪਣੀ ਮੂਵਮੈਂਟ ਸ਼ੁਰੂ ਕੀਤੀ ਹੈ ਦਸਤਾਰ ਦੀ, ਆਹ ਆਪਾਂ ਨੂੰ ਲਾਗੂ ਕਰਨੀ ਚਾਹੀਦੀ ਹੈ। ਨੌਜਵਾਨ ਇਹੋ ਜਿਹੇ ਜਿਨ੍ਹਾਂ ਨੇ ਪਹਿਲੀ ਵਾਰ ਅੱਜ ਦਸਤਾਰ ਸਜਾਈ ਹੈ ਅਤੇ ਦਸਤਾਰ ਦੀ ਅਹਿਮੀਅਤ ਸਮਝ ਆਈ ਹੈ, ਉਹਨਾਂ ਨੂੰ ਦਸਤਾਰ ਦੀ ਅਹਿਮੀਅਤ ਕੀ ਹੈ, ਕੀ ਲੱਗਦਾ ਵੀ ਅਜਿਹੀ ਗਰਾਊਂਡ ਲੈਵਲ ਉੱਤੇ ਜਾ ਕੇ? ਦੇਖੋ, ਛੋਟੇ ਸਾਹਿਬਜ਼ਾਦਾ ਨੇ ਇਸ ਦਸਤਾਰ ਕਰਕੇ ਹੀ ਆਪਣੀ ਜਾਨ ਸ਼ਹਾਦਤ ਦਿੱਤੀ ਹੈ ਨਾ, ਆਪਣੇ ਗੁਰੂਆਂ ਨੇ ਜੋ ਆਪਣੀ ਦਸਤਾਰ ਦਿੱਤੀ, ਆਪਣੀ ਪਹਿਚਾਣ ਹੈ, ਕੌਮ ਦੀ ਪਹਿਚਾਣ ਹੈ, ਅਤੇ ਆ ਦਸਤਾਰ ਆਪਾਂ ਨੂੰ ਤਾਕਤ ਦਿੰਦੀ ਹੈ, ਆਪਾਂ ਨੂੰ ਪਛਾਣ ਦਿੰਦੀ ਹੈ, ਸਾਰਾ ਕੁਛ ਆਪਣਾ ਦਸਤਾਰ ਹੈ, ਤਾਂ ਇਸ ਕਰਕੇ ਆਹ ਮੂਵਮੈਂਟ ਆਪਾਂ ਨੂੰ ਘਰ ਘਰ ਤੱਕ ਲੈ ਕੇ ਜਾਣੀ ਚਾਹੀਦੀ। ਸਰ, ਅਮਿਤ ਸ਼ਾਹ ਦੇ ਬਿਆਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਕਿਸ ਤਰੀਕੇ ਨਾਲ ਦੀ ਜਗ੍ਹਾ ਬਾਰੇ? ਦੇਖੋ, ਜਿਹੜਾ ਬਿਆਨ ਦਿੱਤਾ ਗਿਆ ਮੈਂ ਉਹਦੇ ਬਾਰੇ ਕਰਨਾ ਚਾਹੁੰਦਾ, ਕਾਨੂੰਨ ਆ ਕਹਿੰਦਾ ਕਿ ਜੇ ਕਿਸੇ ਦਾ ਹੁਣ ਦਿੱਲੀ 'ਚ ਕਤਲੇਆਮ ਹੋਏ, 84 ਦੇ ਅੰਦਰ ਕਤਲੇਆਮ ਹੋ, ਕਾਨੂੰਨ ਕੀ ਕਹਿੰਦਾ ਕਿ ਉਹ ਦੋਸ਼ੀਆਂ ਨੂੰ ਫੜਿਆ ਜਾਏ ਅਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਏ। ਲੱਖਾਂ ਲੋਕ ਮਾਰੇ ਗਏ, ਹਾਲੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ। ਹਰ ਰੋਜ਼ ਇਹੋ ਜਿਹੀ ਘਟਨਾ ਹੋ ਰਹੀਆਂ, ਆਪਣੇ ਗੁਰੂ ਘਰਾਂ 'ਤੇ ਹਮਲੇ ਹੋ ਰਹੇ ਆ। ਜਿਹੜੀ ਆਹ ਗੱਲ ਕਰ ਰਹੇ ਅਸੀਂ ਕਰ ਰਹੇ ਹਾਂ, ਅਸੀਂ ਇਨਸਾਫ਼ ਦੀ, ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ। ਜਿਨ੍ਹਾਂ ਨੇ ਉਸ ਸਮੇਂ 'ਚ ਆ ਕੇ ਇਮੋਸ਼ਨਲ ਹੋ ਕੇ ਲੋਕਾਂ ਨੇ, ਕਿਉਂਕਿ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ, ਹਜ਼ਾਰਾਂ ਲੱਖਾਂ ਭੈਣ ਭਰਾਵਾਂ 'ਤੇ ਨੂੰ ਕਤਲ ਕੀਤਾ ਗਿਆ, ਆਪਣੇ ਆਪਣੇ ਪਿਓ ਮਾਂ ਸਾਹਮਣੇ ਮਾਰੇ ਗਏ, ਉਹਨਾਂ 'ਚ ਇੱਕ ਇਮੋਸ਼ਨ ਜਾਗੇ। ਜਾਂ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ ਤਾਂ ਇਮੋਸ਼ਨ ਤਾਂ ਜਾਗਣੇ ਜਾਗਣੇ ਆ, ਤਾਂ ਜਦੋਂ ਇਮੋਸ਼ਨ ਜਾਗ ਗਏ ਅਤੇ ਲੋਕਾਂ ਨੇ ਕਦਮ ਚੁੱਕੇ, ਉਹ ਜਿਹੜੇ ਲੋਕ ਹੈ ਉਹ ਕਹਿ ਰਹੇ ਆ ਅਸੀਂ ਕਦਮ ਚੁੱਕੇ ਹੈ, ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲਈਆਂ। ਜੇ ਕੋਈ ਇੱਥੇ ਕਤਲ ਦੀ ਸਜ਼ਾ ਉਮਰ ਕੈਦ ਹੈ, ਉਮਰ ਕੈਦ ਜੋ ਆਪਣੇ ਪੰਜਾਬ 'ਚ ਹੈ 15 ਸਾਲ ਹੈ, ਇੱਥੇ ਤਾਂ 28 ਸਾਲ ਹੋ ਗਏ। ਸੋ ਆਹ ਤਾਂ ਆਪਣੇ ਇਨਸਾਫ਼ ਦੀ ਗੱਲ ਕਰ ਰਹੇ ਹਾਂ, ਅਸੀਂ ਜੋ ਗੱਲ ਕਰ ਰਹੇ ਹਾਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ, ਇਨਸਾਫ਼ ਦੀ ਗੱਲ ਕਰ ਰਹੇ ਹਾਂ, ਭਾਵ ਐਨ ਕੌਮ ਦੀ ਭਾਵਨਾ ਦੀ ਕੰਮ ਕਰ ਰਹੇ ਹਾਂ। ਐ ਨਹੀਂ ਹੋ ਸਕਦਾ ਕਿ ਇੰਦਰਾ ਆਪਣਾ ਰਾਜੀਵ ਗਾਂਧੀ ਦੇ ਕਾਤਲ, ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਉਹਨੂੰ ਤਾਂ ਛੱਡ ਦਿੱਤਾ ਜਾਂਦਾ, ਅਤੇ ਇੱਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ, ਜਿਨ੍ਹਾਂ ਨੇ 28 ਸਾਲ ਸਜ਼ਾ ਕੱਟ ਲਈ, ਕਾਲ ਕੋਠੀ 'ਚ ਰੱਖਿਆ ਸਜ਼ਾ, ਉਹਨਾਂ ਨੂੰ ਨਹੀਂ ਕੀਤਾ। ਸੋ ਇਸ ਕਰਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਆ ਭਾਵਨਾ ਨੂੰ ਕੌਮ ਦੀ ਸਮਝਣ, ਅਤੇ ਭਾਵਨਾ ਨੂੰ ਸਮਝ ਕੇ ਹੀ ਫੈਸਲਾ ਲਿੱਤਾ ਜਾਏ। ਫੋਰ ਐਗਜ਼ਾਮਪਲ ਮੈਂ ਦੱਸਾਂ, ਕਈ ਵਾਰ ਆਪਾਂ ਨੈਸ਼ਨਲ ਹਾਈਵੇ ਬਲੋਕ ਕਰ ਲੈਂਦੇ ਹਾਂ, ਨੈਸ਼ਨਲ ਹਾਈਵੇ ਲੋਕ ਮੋਸ਼ਨ ਆ ਜਾਂਦੇ, ਕੋਈ ਹਾਦਸਾ ਹੁੰਦਾ, ਨੈਸ਼ਨਲ ਹਾਈਵੇ ਬਲੋਕ ਕਰ ਲੈਂਦੇ ਹਾਂ। ਬਲੋਕ ਕਰਨ ਦਾ ਮਤਲਬ ਤੁਸੀਂ ਉਹਦੇ ਪਰਚਾ ਹੋਊਗਾ, ਆਪਾਂ ਪਰਚਾ ਨਹੀਂ ਦਿੰਦੇ, ਸਰਕਾਰ ਨਹੀਂ ਦਿੰਦੀ ਪਰਚਾ, ਕਿਉਂ? ਉਹ ਦੇਖਦੇ ਆ ਕਿ ਹਾਲਾਤ ਦੇਖਦੇ ਆ ਕਿ ਆਹ ਮੋਸ਼ਨਸ ਕਰਕੇ ਹੋਇਆ, ਇਸ ਕਰਕੇ ਉਹ ਨਹੀਂ ਦਿੰਦੇ।
ਤੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੂੰ ਕਿ ਸਿੱਖ ਕੌਮ ਦੀ ਭਾਵਨਾ ਸਮਝ ਕੇ ਫੈਸਲਾ ਕਰ। ਪਰੰਤੂ ਹੁਣ ਤਾਂ ਕਵੀ ਦਾ ਕੋਈ ਨਾ ਬਾਰੇ ਸੰਘਰਸ਼ ਛੇੜਨ ਦੀ ਮੈਂ